ਅੰਦਰ ਦੂਸਰਾ ਤਾਂ ਬਣ ਗਿਆ ਹੈ। ਬਰਫ ਪਾਈ ਹੈ ਪੁੱਤਰਾ? ਬਰਫ ਤਾਂ ਹੈ ਹੀ ਨਹੀਂ ਅੱਬਾ ਜੀ। ਖਵਾਜਾ ਸਾਹਿਬ ਕੋਲ ਬਰਫ ਦਾ ਕੋਲਾ ਲੈ ਲਓ। ਇੱਧਰ ਮੇਰੇ ਕੋਲੇ ਵਾਲ ਕੋ ਆਇਆ ਨਾ ਤੇ ਸੁਰੀਆਂ ਹੀ ਵੱਜਣਗੀਆਂ, ਮੈਂ ਤੁਹਾਨੂੰ ਦੱਸ ਦੇ। ਫਾਦਰ ਜੀ ਉਹ ਨਹੀਂ ਪੀਣਾ ਗਰਮ ਦੁੱਧ ਸੋਡਾ ਤੇ ਮੈਨੂੰ ਪਿਆ ਦੇ। ਇੱਧਰ ਮੈਨੂੰ ਦੇ ਛੱਡੋ, ਮੈਂ ਆਪਣੀ ਬਰਫ ਪਾ ਕੇ ਪੀ ਲਾਂਗਾ। ਖਵਾਜਾ ਸਾਹਿਬ ਇਹ ਮੁਹੱਲੇ ਕੇ ਚੇਅਰਮੈਨ ਹੈ ਜਾਂ ਕਸਾਈ ਹੈ? ਬਾਤ ਬਾਤ ਪੇ ਛੁਰੀ ਨਿਕਾਲਨੇ ਕੀ ਧਮਕੀ ਦੇ ਰਹੇ ਆਪ? ਓ ਬਾਊ ਚੇਅਰਮੈਨ ਮੰਨਦਾ ਹੀ ਓਏ ਜਿਹੜਾ ਛੁਰੀ ਮਾਰ ਹੋਵੇ ਇਹਦੀ ਗੱਲ ਪਿਆ ਕਰਨੇ। ਅੱਬਾ ਜੀ ਮੇਰੀ ਸਾਲਗਿਰਾ ਦਾ ਤੇ ਸਤਿਆਨਾਸ ਹੋ ਗਿਆ ਜੀ। ਓ ਤੇਰੀ ਸਾਲਗਿਰਾ ਤੇ ਬੜਾ ਆਤਮਸਲਮ ਆਉਣਾ ਸੀ। ਮੇਰਾ ਕੱਲ ਪੇਪਰ ਹੈ, ਮੈਂ ਤਿਆਰੀ ਕੇ ਹੱਥ ਤੇ ਬੈਠੀ ਹੋਈ ਹਾਂ, ਇਸ ਤੋਂ ਸਾਲਗਿਰਾ ਕੇ ਪੜੀ ਹੋਈ। ਓ ਪੁੱਤਰੀ ਓਏ ਕੋ ਅਕਲ ਕੋਲੋਂ ਕੰਮ ਲਈਦਾ ਬੇਟਾ, ਮੈਨੇਜ ਕਰੀਦਾ ਮੈਨੇਜ। ਉਹਨੇ ਹਰ ਗੱਲ ਤੁਹਾਨੂੰ ਚੇਅਰਮੈਨ ਹੀ ਦੱਸੇ। ਉਹ ਜਿਹਦੀ ਸਾਲਗਿਰਾ ਉਹ ਜਾ ਕੇ ਕੇਕ ਦੇ ਉੱਤੇ ਮੋਮਬੱਤੀਆਂ ਲਾਏ ਤੇ ਜਦੋਂ ਮੋਮਬੱਤੀਆਂ ਜਲ ਜਾਣ ਤੇ ਦੂਜਾ ਬੱਚਾ ਉਹਨਾਂ ਦੇ ਥੱਲੇ ਬਹਿ ਕੇ ਇਮਤਿਹਾਨ ਦੀ ਤਿਆਰੀ ਕਰੇ। ਵਾਹ ਵਾਹ, ਜਦੋਂ ਤਿਆਰੀ ਮੁਕੰਮਲ ਹੋ ਜਾਵੇ ਤੇ ਦੂਜਾ ਬੱਚਾ ਆਪਣੇ ਕੇਕ ਤੇ ਛੁਰੀ ਫੇਰ ਦੇਵੇ। ਵਾਹ 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 ਸਾਹਿਬ। ਹਾਂਜੀ ਆਪਣੀ ਗੱਡੀ ਸਟਾਰਟ ਕਰਕੇ ਵਿੱਚ ਏਸੀ ਲਾ ਕੇ ਵਿੱਚ ਮੈਨੂੰ ਪਾ ਦਿਓ। ਤੇਰੇ ਸਦਕੇ ਜਾਵਾਂ। ਉਹ ਲਾਲ ਟੈਨ ਚ ਮਿੱਟੀ ਦਾ ਤੇਲ ਪਾਣ ਜੋਗੇ ਪੈਸੇ ਕੋਈ ਨੀ, ਤੂੰ ਗੱਡੀ ਸਟਾਰਟ ਕਰਾਉਣ ਦੇ। ਖਵਾਜਾ ਜੀ ਮੈਂ ਤੇ ਸੁਣਿਆ ਗਲੀ ਚੋ ਕੋਈ ਬਾਬਾ ਨੰਗੇ ਉਹਦੇ ਤੇ ਪਾਣੀ ਪਾਓ, ਗਾਲਾਂ ਕੱਢੇ ਤੇ ਫਿਰ ਮੀਂਹ ਪੈਂਦਾ। ਓ ਬੇਟੇ ਓਏ ਕੋ ਅਕਲ ਨੂੰ ਹੱਥ ਮਾਰੋ, ਉਹਨੋਂ ਬਾਬੇ ਨੀ ਰਹੇ ਹੁਣ ਤੇ, ਬਾਬਾ ਗਾਲਾਂ ਕੱਢੇ ਤੇ ਕੇਸ ਪੈਂਦਾ। ਅੰਕਲ ਚੇਅਰਮੈਨ ਠੀਕ ਕਹਿ ਰਹੇ, ਮੈਂ ਤਾਂ ਮੋਮਬੱਤੀਆਂ ਜਲਾ ਕੇ ਤਿਆਰੀ ਕਰਦੀ ਹਾਂ। ਹਾਏ ਇਹ ਖਵਾਜਾ ਸਾਹਿਬ ਜ਼ਰਾ ਦੁਬਾਰਾ ਬਾਬਡਾ ਫੋਨ ਕਰੋ ਤੇ ਚੇਅਰਮੈਨ ਨਾ ਨਾ ਕਹਿਣਾ, ਨਹੀਂ ਤੇ ਫੋਨ ਬੰਦ ਕਰ ਦਿੰਦਾ ਜੀ। ਹਾਏ ਚੇਅਰਮੈਨ ਸਾਹਿਬ ਕਹੋ, ਮੈਂ ਤਾਹਰ ਵਾਜੇ ਵਾਲਾ ਬੋਲਣ ਆ, ਸ਼ਾਇਦ ਚੌਕੀ ਲਵੇ। ਹਾਏ 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 ਇਹ ਤੁਹਾਡੇ ਕਹਿਣ ਤੇ ਮੈਂ ਇੱਕ ਵਾਰੀ ਫੇਰ ਟਰਾਈ ਕਰ ਲੈਣਾ, ਵਰਨਾ ਖਵਾਜਾ ਕਦੀ ਕਿਸੇ ਅਫਸਰ ਕੋਲੋਂ ਇੰਚ ਪਿਸਤ ਨਹੀਂ ਜੇ ਹੋਇਆ। ਤੁਹਾਨੂੰ ਪਤਾ ਖਵਾਜਾ ਸਿੱਧਾ ਛੁਰੀਆਂ ਮਾਰਦਾ। ਹੈਲੋ ਜਨਾਬ ਮੈਂ ਟ੍ਰਾਂਸਫਾਰਮਰ ਬੋਲ ਰਿਹਾ, ਐਸਡੀਓ ਸਾਹਿਬ ਨੇ? ਹੈਲੋ ਉਹ ਆਂਦਾ ਨਹੀਂ ਮੈਂ ਖੰਭਾ ਬੋਲਣ ਦੇ। ਸਿਰਫ ਸ਼ਹਿਰੀਓ ਕੀ ਨਹੀਂ ਐਸੀ ਸੂਰਤ ਹਾਲ ਮੇ ਵਾਪਡਾ ਵਾਲੋਂ ਕੀ ਵੀ ਮਤ ਮਾਰੀ ਹੋਤੀ ਹੈ। ਲੋ ਜੀ ਮੇਰੇ ਨਾਲ ਸ਼ਰਤ ਲਾ ਲਓ, ਇਹ ਬੰਦਾ ਵਾਪਡਾ ਵਾਲਿਆਂ ਨਾਲ ਰਲਿਆ ਜੀ। ਲੋ ਆ ਗਈ ਲਾਈਟ, ਇਤਨੀ ਸਾਰੀ ਬਾਤ ਸੀ? ਹਾਂ ਜੀ ਇਤਨੀ ਸਾਰੀ ਬਾਤ ਸੀ। 18 ਮੋਟਰਾਂ ਸੜ ਗਈਆਂ ਨੇ ਗੁਲਸ਼ਨਪੁਰੇ ਚ, 9 ਫਰਿੱਜਾਂ ਬਰਬਾਦ ਹੋ ਗਈਆਂ ਨੇ, 7 ਏਅਰ ਕੰਡੀਸ਼ਨ ਜਲ ਗਏ ਨੇ, ਔਰ ਮੇਰਾ ਖਿਆਲ ਹੈ 6 ਬਾਬਿਆਂ ਵਿਚਾਰਿਆਂ ਨੂੰ ਹਾਰਟ ਅਟੈਕ ਹੋਇਆ। ਇਤਨੀ ਸਾਰੀ ਬਾਤ ਸੀ। ਨਾ ਜੀ ਯਾਰ ਲੈਤੇ ਇੱਕ ਛੋਟੀ ਸੀ ਬ੍ਰੇਕ। ਲੰਡਨ ਆਕਰ ਥੀਏਟਰ ਮੇ ਅਦਾਕਾਰੀ ਸ਼ੁਰੂ ਕਰ ਦੀ। ਇਹਦਾ ਮਤਲਬ ਥੀਏਟਰ ਦਾ ਐਕਟਰ ਭਾਵੇਂ ਅੰਗਰੇਜ਼ ਹੋਵੇ ਉਹਨੂੰ ਖੱਜਲ ਹੋਣਾ ਹੀ ਪੈਂਦਾ। ਹਾਏ ਹਾਏ।